ਸਤਿ ਸ਼੍ਰੀ ਅਕਾਲ ਜੀ, ਤੁਸੀਂ ਅਜੀਤ ਵੈੱਬ ਟੀ ਵੀ ਦੇਖ ਰਹੇ ਹੋ। ਦੋਸਤੋ, ਮੈਂ ਹਾਂ ਸਵਰਨ ਸਿੰਘ ਟਹਿਣਾ। ਆਪਾਂ ਸਾਰੇ ਜਾਣਦੇ ਹਾਂ ਕਿ 2020 ਦਾ ਵਰ੍ਹਾ ਜਿਹੜਾ ਉਹ ਕੋਈ ਬਹੁਤਾ ਭਾਗਾਂ ਭਰਿਆ ਬਹੁਗਿਣਤੀ ਲੋਕਾਂ ਦੇ ਲਈ ਨਹੀਂ ਰਿਹਾ, ਕਿਉਂਕਿ 2020 ਦੇ ਵਿੱਚ ਕਰੋਨਾ ਮਹਾਂਮਾਰੀ ਨੇ ਜਿਸ ਤਰੀਕੇ ਨਾਲ ਝੰਬਿਆ ਕੁੱਲ ਦੁਨੀਆ ਨੂੰ ਸਮੇਤ ਭਾਰਤ ਦੇ, ਇਹਦੇ ਮੁਤਲਕ ਵੀ ਜਾਣਦੇ ਹਾਂ। ਹਾਲੇ ਵੀ ਕਰੋਨਾ ਦਾ ਕਹਿਰ ਕਈ ਥਾਵਾਂ ਦੇ ਉੱਤੇ ਹੈਗਾ ਅਤੇ ਮੁੱਕੇ ਦੀ ਅਸੀਂ ਕਾਮਨਾ ਕਰਦੇ ਹਾਂ, ਪਰ ਕਿਸਾਨੀ ਅੰਦੋਲਨ ਦੇ ਕਰਕੇ ਜੋ ਏਕੇ ਦਾ ਪ੍ਰਗਟਾਵਾ 2020 ਵਰ੍ਹੇ ਦੇ ਵਿੱਚ ਹੋਇਆ, ਇਹਨੂੰ ਵੀ ਕਦੇ ਅਸੀਂ ਭੁੱਲ ਨਹੀਂ ਸਕਦੇ। ਹਾਲਾਂਕਿ ਅਸੀਂ ਨਵੇਂ ਵਰ੍ਹੇ ਦੀਆਂ ਵਧਾਈਆਂ ਤਾਂ ਉਦੋਂ ਦੇਵਾਂਗੇ ਜਦੋਂ ਅਸੀਂ ਜਿੱਤ ਕੇ ਦਿੱਲੀ ਦੀਆਂ ਹੱਦਾਂ ਤੋਂ ਵਾਪਸ ਘਰ ਦੇ ਵਿੱਚ ਪਰਤ ਆਵਾਂਗੇ, ਜਦੋਂ ਤਿੰਨੇ ਖੇਤੀ ਕਾਨੂੰਨ ਵਾਪਸ ਹੋ ਜਾਣਗੇ। ਅਸਲ ਵਧਾਈਆਂ ਤਾਂ ਉਸ ਵਕਤ ਹੈ, ਪਰ ਕਿਉਂਕਿ ਕੈਲੰਡਰ ਬਦਲ ਗਿਆ, ਕਿਉਂਕਿ ਤਰੀਕ ਬਦਲ ਗਈ, ਕਿਉਂਕਿ ਵਰ੍ਹਾ ਬਦਲ ਗਿਆ, ਇਸ ਕਰਕੇ ਨਵੇਂ ਸਾਲ ਦੀਆਂ ਕੁਝ ਕੁ ਮੁਬਾਰਕਾਂ ਹੁਣ ਵੀ। ਹੁਣ ਜੇ ਪਹਿਲੀ ਵੱਡੀ ਗੱਲ ਕਰਨੀ ਹੋਵੇ ਤਾਂ ਉਹ ਇਹ ਆ ਕਿ 31 ਦਸੰਬਰ ਦੀ ਰਾਤ ਨੂੰ ਜਦੋਂ 12 ਵਜੇ ਤੋਂ ਬਾਅਦ ਨਵੇਂ ਵਰ੍ਹੇ 'ਚ ਅਸੀਂ ਪੈਰ ਧਰ ਲਿਆ, ਤਾਂ ਉਸ ਵਕਤ ਹੱਦਾਂ ਦੇ ਉੱਤੇ ਯਾਨੀ ਕਿ ਟਿੱਕਰੀ, ਸਿੰਘੂ, ਗਾਜ਼ੀਪੁਰ ਬਾਰਡਰ ਦੇ ਉੱਤੇ ਕਿਸ ਤਰੀਕੇ ਦਾ ਮਾਹੌਲ ਰਿਹਾ। ਬੜੀ ਤਸੱਲੀ ਦੀ ਗੱਲ ਇਹ ਰਹੀ ਹੈ ਵੀ ਵੱਡੀ ਗਿਣਤੀ ਦੇ ਵਿੱਚ ਕਲਾਕਾਰ ਵੀ ਪਹੁੰਚੇ ਇੱਥੇ, ਉਹਦੇ ਵਿੱਚ ਜੈਜ਼ੀ ਬੀ ਵੀ ਸੀ, ਉਹਦੇ ਵਿੱਚ ਕੰਵਰ ਗਰੇਵਾਲ ਵੀ, ਉਹਦੇ ਵਿੱਚ ਹੋਰ ਕਲਾਕਾਰ ਜੀ ਨਛੱਤਰ ਗਿੱਲ ਵੀ, ਕਈ ਹੋਰ ਕਲਾਕਾਰਾਂ ਨੇ ਇੱਥੇ ਯੋਗਦਾਨ ਪਾਇਆ। ਉਹਨਾਂ ਨੇ ਇੱਥੇ ਨਿੱਠ ਕੇ ਹਿੱਸਾ ਲਿਆ, ਕਿਸਾਨ ਵੀਰਾਂ ਦੇ ਨਾਲ ਨਵਾਂ ਸਾਲ ਚੜ੍ਹਾਇਆ, ਅਤੇ ਕਿਸਾਨ ਵੀਰਾਂ ਨੇ ਕਿਸੇ ਹੋਰ ਥਾਂ ਦੇ ਉੱਤੇ ਜਾਣ ਦੀ ਜਗ੍ਹਾ ਜਿਵੇਂ ਟਰਾਲੀਆਂ ਦੇ ਵਿੱਚ ਬੈਠ ਕੇ ਪਾਠ ਕਰਦਿਆਂ ਨਵੇਂ ਵਰ੍ਹੇ ਦੇ ਵਿੱਚ ਪੈਰ ਧਰਿਆ, ਇਹ ਵੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਮਿਸਾਲ ਹੈ। ਸੋ ਕਲਾਕਾਰ ਭਾਈਚਾਰੇ ਦੇ ਵੱਲੋਂ ਲੰਘੇ ਵਰ੍ਹੇ ਦੇ ਵਿੱਚ ਜਿਸ ਤਰੀਕੇ ਦੇ ਨਾਲ ਏਕੇ ਦਾ ਪ੍ਰਗਟਾਵਾ ਕੀਤਾ ਗਿਆ, ਜਿਸ ਤਰੀਕੇ ਨਾਲ ਕਿਸਾਨੀ ਸੰਘਰਸ਼ ਦੇ ਗੀਤ ਨਿੱਠ ਕੇ ਗਾਏ ਆ, ਜਿਸ ਤਰੀਕੇ ਦੇ ਨਾਲ 2020 ਦੇ ਵਿੱਚ ਵਿਆਹਾਂ ਦੇ ਵਿੱਚ ਵੀ ਖੇਤੀ ਸੰਘਰਸ਼ ਦੇ ਗੀਤ ਆ ਜਿਹੜੇ ਉਹ ਚੱਲੇ ਆ, ਉਹ ਸੱਚੀ ਮੁੱਚੀ ਇੱਕ ਕਮਾਲ ਦੀ ਗੱਲ ਹੈ। ਜਦੋਂ ਵਿਆਹ ਦੇ ਵਿੱਚ ਜਾਗੋ ਦੀਆਂ ਬੋਲੀਆਂ ਜਿਹੜੀਆਂ ਉਹ ਕਿਸਾਨੀ ਨਾਲ ਸੰਘਰਸ਼ ਦੇ ਨਾਲ ਸੰਬੰਧਿਤ ਪੈਂਦੀਆਂ ਹੋਣ, ਜਦੋਂ DJ ਦੇ ਉੱਤੇ ਗਾਣੇ ਜਿਹੜੇ ਉਹ ਖੇਤੀ ਨਾਲ ਸੰਬੰਧਿਤ, ਕਿਸਾਨੀ ਨਾਲ ਸੰਬੰਧਿਤ ਚੱਲਦੇ ਹੋਣ, ਤਾਂ ਇਉਂ ਲੱਗਦਾ ਜੀ ਕਿ ਇੱਕ ਵਾਰ ਪੂਰਾ ਮਾਹੌਲ ਬਦਲ ਗਿਆ। ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਲੰਘੇ ਸਾਲ 2 ਮਹੀਨੇ ਸੜਕਾਂ ਦੇ ਉੱਤੇ, ਪਟੜੀਆਂ ਦੇ ਉੱਤੇ ਬੈਠ ਕੇ ਕਿਸਾਨਾਂ ਨੇ ਗੁਜ਼ਾਰੇ, ਅਤੇ ਜਿਵੇਂ ਆਪਾਂ ਜਾਣਦੇ ਹਾਂ ਕਿ ਖੇਤੀ ਮੰਤਰੀ ਦੇ ਵੱਲੋਂ ਨਰਿੰਦਰ ਸਿੰਘ ਤੋਮਰ ਦੇ ਵੱਲੋਂ ਜੇਕਰ 4 ਤਰੀਕ ਦੀ ਮੀਟਿੰਗ ਦੇ ਵਿੱਚ ਕੋਈ ਹਾਂ ਪੱਖੀ ਗੱਲ ਨਾ ਕੀਤੀ ਗਈ, ਤਾਂ ਕੁਛ ਕੁ ਦਿਨਾਂ ਬਾਅਦ 1.5 ਮਹੀਨੇ ਦੇ ਵਿੱਚ ਅਸੀਂ ਦਿੱਲੀ ਦੇ ਵਿੱਚ ਬੈਠਿਆਂ ਨੇ ਪ੍ਰਵੇਸ਼ ਕਰ ਜਾਣਾ। ਸੋ ਕਲਾਕਾਰਾਂ ਦੇ ਵੱਲੋਂ ਵੀ ਐਤਕੀ ਬਹੁਤ ਵੱਡੀ ਹੌਸਲਾ ਅਫਜ਼ਾਈ ਕੀਤੀ ਗਈ ਹੈ। ਕਲਾਕਾਰਾਂ ਨੇ ਆਪਣੇ ਦਿਲ ਦੀ ਵੀ ਸੁਣੀ ਅਤੇ ਲੋਕਾਂ ਦੀ ਆਵਾਜ਼ ਵੀ ਸੁਣੀ, ਅਤੇ ਕਲਾਕਾਰਾਂ ਨੇ ਜਿਸ ਤਰੀਕੇ ਨਾਲ ਆਰਥਿਕ ਤੌਰ ਦੇ ਉੱਤੇ ਅਤੇ ਨਿੱਜੀ ਤੌਰ ਦੇ ਉੱਤੇ ਮੋਰਲੀ ਸਪੋਰਟ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਕੀਤੀ ਹੈ, ਉਹ ਬਾਕਮਾਲ ਹੈ। ਇਸ ਵਕਤ ਮੈਨੂੰ ਨਿੱਜੀ ਤੌਰ ਦੇ ਉੱਤੇ ਇਹ ਵੀ ਜਾਪਦਾ ਕਿ ਆਉਂਦੇ ਸਮੇਂ ਦੇ ਵਿੱਚ ਇਸ ਕਿਸਾਨ ਸੰਘਰਸ਼ ਦਾ ਸਾਡੇ ਮਨੋਰੰਜਨ ਦੇ ਉੱਤੇ ਬਹੁਤ ਵੱਡਾ ਅਸਰ ਪਊਗਾ। ਹੋ ਸਕਦਾ ਫਿਲਮਾਂ ਦੇ ਉੱਤੇ ਵੀ ਇਹ ਪ੍ਰਭਾਵ ਪਵੇ, ਅਤੇ ਗਾਣਿਆਂ ਦੇ ਉੱਤੇ ਤਾਂ ਪ੍ਰਭਾਵ ਪੈ ਹੀ ਚੁੱਕਿਆ, ਕਿਉਂਕਿ ਲੰਘੇ ਵਰ੍ਹੇ ਜਿਸ ਤਰੀਕੇ ਨਾਲ ਕਿਸਾਨ ਐਂਥਮ ਗੀਤ ਆਇਆ, ਜਿਵੇਂ ਕਿ ਕਈ ਕਲਾਕਾਰਾਂ ਦੇ ਵੱਲੋਂ ਮਿਲ ਕੇ ਗੀਤ ਗਾਇਆ ਗਿਆ ਵੀ ਸਵਰਾਜਾਂ ਪਿੱਛੇ ਬੈਰੀਕੇਡ ਪਾਏ ਹੋਏ ਨੇ ਅਤੇ ਪੰਜਾਬ ਦੇ ਵਿੱਚੋਂ ਜੱਟ ਆਏ ਹੋਏ ਨੇ, ਇਹਨਾਂ ਗਾਣਿਆਂ ਨੂੰ ਜਿੰਨੇ ਵੱਡੇ ਪੱਧਰ ਦੇ ਉੱਤੇ ਪਿਆਰ ਮਿਲਿਆ, ਜਿਵੇਂ ਕਿ ਕੰਵਰ ਗਰੇਵਾਲ ਦੇ ਗੀਤ ਨੂੰ ਪਿਆਰ ਮਿਲਿਆ ਕਿ ਤੈਨੂੰ ਦਿੱਲੀ ਨਹੀਂ ਇਕੱਠ ਪਰੇਸ਼ਾਨ ਕਰੂਗਾ ਪਰ ਫਸਲਾਂ ਦੇ ਫੈਸਲੇ ਕਿਸਾਨ ਕਰੂਗਾ। ਹੋਰ ਵੀ ਕਲਾਕਾਰਾਂ ਨੇ ਜਿਵੇਂ ਨਿੱਠ ਕੇ ਗੀਤ ਗਾਏ ਆ, ਉਹ ਸਮੇਂ ਦੀ ਹਕੀਕਤ ਨੂੰ ਪਛਾਣਨ ਵਾਲੇ, ਬਿਆਨ ਕਰਨ ਵਾਲੇ ਗੀਤ 2021 ਦੇ ਵਿੱਚ ਵੀ ਆਉਂਦੇ ਰਹਿਣ, ਇਹਦੀ ਅਸੀਂ ਕਾਮਨਾ ਕਰਦੇ ਹਾਂ। ਪਰ ਕਲਾਕਾਰ ਭਾਈਚਾਰੇ ਨੇ ਆਪਣੇ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਤੋਹਮਤਾਂ, ਬਹੁਤ ਸਾਰੇ ਗਿਲੇ ਸ਼ਿਕਵੇ ਖਤਮ ਕਰਨ ਦੀ ਪੂਰੀ ਪੂਰੀ ਕੋਸ਼ਿਸ਼ ਕੀਤੀ ਹੈ। ਸੋ ਇਸ ਕਿਸਾਨੀ ਸੰਘਰਸ਼ ਦੇ ਵਿੱਚ ਸਾਨੂੰ ਇਸ ਵਰ੍ਹੇ ਦੇ ਵਿੱਚ ਬਹੁਤ ਜਲਦੀ ਕੁਝ ਕਿਰਣਾਂ ਦੇ ਵਿੱਚ ਇਨਸਾਫ ਮਿਲੇ ਅਤੇ ਅਸੀਂ ਜਿੱਤ ਕੇ ਘਰਾਂ ਨੂੰ ਵਾਪਸ ਪਰਤ ਗਏ, ਇਹਦੀ ਅਸੀਂ ਕਾਮਨਾ ਕਰਦੇ ਹਾਂ। 2020 ਵਰ੍ਹੇ ਦੇ ਵਿੱਚ ਹੋਰ ਬਹੁਤ ਕੁਝ ਨੰਗਾ ਹੋਇਆ, ਸਾਡੇ ਰਾਜਨੀਤਿਕ ਲੋਕਾਂ ਦਾ ਦੋਹਰਾ ਚਿਹਰਾ ਵੀ ਨਜ਼ਰ ਆਇਆ। ਆਪਾਂ ਜਾਣਦੇ ਹਾਂ ਕਿ ਦਮੂਹੇ ਤੌਰ ਦੇ ਉੱਤੇ ਕਈ ਲੋਕ ਸਾਨੂੰ ਲੜਦੇ ਰਹੇ ਆ, ਇਹ ਵੀ ਸਾਰਾ ਕੁਝ ਪ੍ਰਤੱਖ ਹੋਇਆ। ਪਰ ਇਸ ਵਕਤ ਦੇ ਵਿੱਚ ਜੋ ਨੈਸ਼ਨਲ ਮੀਡੀਆ ਉਹਦੇ ਬਾਬਤ ਵੀ ਬਹੁਤ ਸਾਰੀਆਂ ਗੱਲਾਂ ਉਜਾਗਰ ਹੋਈਆਂ। ਜ਼ੀ ਨਿਊਜ਼ ਦੇ ਵੱਲੋਂ ਜਦੋਂ ਇੱਕ ਸਟੋਰੀ ਕੀਤੀ ਗਈ ਖਾਲਸਾ ਏਡ ਦੇ ਮੁਤਲਕ, ਰਵੀ ਸਿੰਘ ਨੂੰ ਅੱਤਵਾਦੀ ਗਰਦਾਨਿਆ ਗਿਆ, ਉਸ ਤੋਂ ਬਾਅਦ ਕਈ ਕਲਾਕਾਰਾਂ ਨੇ ਨਿੱਠ ਕੇ ਇਸ ਗੱਲ ਦੀ ਵਿਰੋਧਤਾ ਕੀਤੀ, ਜਿਹਦੇ ਵਿੱਚ ਇੱਕ ਸੁਖਸ਼ਿੰਦਰ ਸ਼ਿੰਦਾ ਵੀ ਹੈ ਅਤੇ ਜੈਜ਼ੀ ਬੀ ਵੀ ਹੈ। ਸੁਖਸ਼ਿੰਦਰ ਸ਼ਿੰਦਾ ਨੇ ਪੋਸਟ ਪਾ ਕੇ ਗੱਲ ਕਹੀ ਹੈ ਕਿ ਮੇਰਾ ਚਿੱਤ ਕਰਦਾ ਸੀ ਕਿ ਮੈਂ ਭਾਰਤ ਦੇ ਵਿੱਚ ਵਾਪਸ ਆਵਾਂ, ਪਰ ਸਮੱਸਿਆ ਇਹ ਹੈ ਕਿ ਇੰਗਲੈਂਡ ਦੇ ਵਿੱਚ ਕਰੋਨਾ ਹੋਣ ਕਰਕੇ ਸਾਰੀਆਂ ਫਲਾਈਟਸ ਬੰਦ ਹੈਗੀਆਂ। ਸੋ ਜਦੋਂ ਵੀ ਮਾਹੌਲ ਠੀਕ ਹੋਇਆ ਉਦੋਂ ਅਸੀਂ ਵਾਪਸ ਵੀ ਆਵਾਂਗੇ, ਭਾਰਤ ਦੇ ਵਿੱਚ ਆਵਾਂਗੇ। ਪਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਦੋਂ ਸਾਰੀ ਦੁਨੀਆ ਇਹ ਗੱਲ ਕਹਿ ਰਹੀ ਹੈ, ਹਰ ਪੰਜਾਬੀ ਇਹ ਗੱਲ ਕਹਿ ਰਿਹਾ ਵੀ ਸੇਵਾ ਦੇ ਖੇਤਰ ਦੇ ਵਿੱਚ ਰਵੀ ਸਿੰਘ ਨੇ ਬਹੁਤ ਵੱਡਾ ਕਮਾਲ ਦਾ ਕੰਮ ਕੀਤਾ, ਖਾਲਸਾ ਏਡ ਨੇ ਬਹੁਤ ਵੱਡੀਆਂ ਮੱਲਾਂ ਮਾਰੀਆਂ, ਸੇਵਾ ਦਾ ਇੱਕ ਨਵਾਂ ਸੰਕਲਪ ਪੇਸ਼ ਕੀਤਾ, ਸੇਵਾ ਦੀ ਇੱਕ ਨਵੀਂ ਉਦਾਹਰਨ ਪੇਸ਼ ਕੀਤੀ ਹੈ, ਤਾਂ ਮੀਡੀਆ ਦੇ ਵੱਲੋਂ ਉਹਨੂੰ ਅੱਤਵਾਦੀ ਕਹਿਣਾ ਇਹ ਬਹੁਤ ਸ਼ਰਮਨਾਕ ਗੱਲ ਹੈ। ਸੋ ਜ਼ੀ ਨਿਊਜ਼ ਨੂੰ ਜਿਸ ਤਰੀਕੇ ਦੇ ਨਾਲ ਲੋਕਾਂ ਨੇ ਆਲੋਚਨਾ ਦੇ ਦਾਇਰੇ ਦੇ ਵਿੱਚ ਲਿਆ, ਜਿਸ ਤਰੀਕੇ ਨਾਲ ਗੋਦੀ ਮੀਡੀਆ ਦੀ ਡਟ ਕੇ ਵਿਰੋਧਤਾ ਕੀਤੀ ਗਈ ਹੈ, ਉਹ ਇੱਕ ਬਹੁਤ ਚੰਗੀ ਗੱਲ ਹੈ। ਚੰਗੇ ਸਾਹਮਣੇ ਆਏ ਆ ਅਤੇ ਜਿਹੜੇ ਮਾੜੇ ਆ ਉਹ ਜਦੋਂ ਸਾਹਮਣੇ ਆਏ ਤਾਂ ਨਕਾਰੇ ਵੀ ਗਏ ਆ, ਅਤੇ ਇਹ ਸਾਰਾ ਕੁਝ ਬਰਕਰਾਰ ਵੀ ਰਹਿਣਾ ਚਾਹੀਦਾ, ਇਹਦੇ ਵਿੱਚ ਕਿਸੇ ਕਿਸਮ ਦੀ ਖੜੋਤ ਆਉਣੀ ਨਹੀਂ ਚਾਹੀਦੀ।
2021 ਦੇ ਵਿੱਚ ਪੰਜਾਬੀ ਹਿੰਦੀ ਅਤੇ ਬਾਕੀ ਵੱਖ ਵੱਖ ਜ਼ੁਬਾਨਾਂ ਦੀਆਂ ਫਿਲਮਾਂ ਰਿਲੀਜ਼ ਹੋਣ ਦਾ ਸਿਲਸਿਲਾ ਹੁਣ ਸ਼ੁਰੂ ਹੋ ਜਾਣਾ। ਬਹੁਤ ਸਾਰੀਆਂ ਫਿਲਮਾਂ ਜਿਹੜੀਆਂ ਉਹ ਇੰਟਰਨੈਟ ਦੇ ਮਾਧਿਅਮ ਦੇ ਰਾਹੀਂ ਰਿਲੀਜ਼ ਹੋਣ ਲੱਗੀਆਂ, ਜਿਵੇਂ ਕਿ ਕੁਲੀ ਨੰਬਰ 1 ਜਿਹੜੀ ਪਹਿਲਾਂ ਗੋਵਿੰਦਾ ਨੇ ਕੀਤੀ ਸੀ ਹੁਣ ਵਰੁਣ ਧਵਨ ਨੇ ਕੀਤੀ ਆ, ਇਹ ਰਿਲੀਜ਼ ਹੋਣ ਲੱਗੀ ਹੈ। ਸੋ ਕਈ ਹੋਰ ਫਿਲਮਾਂ ਵੀ ਆ, ਪਰ ਐਤਕੀ ਪੰਜਾਬੀ ਫਿਲਮਾਂ ਜਿਹੜੀਆਂ ਹੁਣ ਤੱਕ ਰੁਕੀਆਂ ਰਹੀਆਂ ਵੱਖ ਵੱਖ ਕਾਰਨਾਂ ਦੇ ਕਰਕੇ, ਖਾਸ ਕਰਕੇ ਕਰੋਨਾ ਦੇ ਕਰਕੇ। ਉਹਨਾਂ ਦੀ ਬਣਨ ਦੀ ਯਾਨੀ ਕਿ ਸ਼ੂਟਿੰਗ ਦੀ ਰਫ਼ਤਾਰ ਵੀ ਤੇਜ਼ ਹੋਈ ਹੈ ਅਤੇ ਉਹਨਾਂ ਨੂੰ ਰਿਲੀਜ਼ ਕਰਨ ਦੇ ਲਈ ਵੀ ਲਗਾਤਾਰ ਕੋਸ਼ਿਸ਼ਾਂ ਆਰੰਭ ਦਿੱਤੀਆਂ ਗਈਆਂ। ਹਾਲਾਂਕਿ ਮੈਨੂੰ ਜ਼ਾਤੀ ਤੌਰ ਦੇ ਉੱਤੇ ਜਾਪਦਾ ਕਿ ਮਾਰਚ ਤੋਂ ਪਹਿਲਾਂ ਪੰਜਾਬੀ ਫਿਲਮਾਂ ਰਿਲੀਜ਼ ਨਹੀਂ ਹੋਣਗੀਆਂ। ਉਹਦਾ ਕਾਰਨ ਇਹ ਆ ਵੀ ਮੰਡੀ ਹੈਗੀ ਆ ਅੰਤਰਰਾਸ਼ਟਰੀ, ਜੇ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਕਰੋਨਾ ਦੇ ਕਹਿਰ ਤੋਂ ਬਾਅਦ ਫਿਲਮਾਂ ਰਿਲੀਜ਼ ਹੋਣ ਦੀ ਆਗਿਆ ਮਿਲ ਗਈ ਹੈ ਤਾਂ ਇਕੱਲੇ ਭਾਰਤ ਦੇ ਨਾਲ ਗੱਲ ਨਹੀਂ ਬਣਦੀ, ਮਾਹੌਲ ਕੈਨੇਡਾ 'ਚ ਵੀ ਸੁਖਾਵਾਂ ਚਾਹੀਦਾ, ਇੰਗਲੈਂਡ 'ਚ ਵੀ ਚਾਹੀਦਾ, ਆਸਟ੍ਰੇਲੀਆ ਨਿਊਜ਼ੀਲੈਂਡ ਦੇ ਵਿੱਚ ਵੀ ਚਾਹੀਦਾ, ਅਮਰੀਕਾ 'ਚ ਵੀ ਚਾਹੀਦਾ, ਦੁਬਈ 'ਚ ਵੀ ਚਾਹੀਦਾ, ਹੋਰ ਵੱਖ ਵੱਖ ਥਾਵਾਂ 'ਤੇ ਵੀ ਚਾਹੀਦਾ। ਕਿਉਂਕਿ ਕਿਸੇ ਵੀ ਫਿਲਮ ਨੇ ਕੁੱਲ ਦੁਨੀਆ ਦੇ ਵਿੱਚ ਲੱਗ ਕੇ ਫੇਰ ਵੱਟਤ ਹਾਸਲ ਕਰਨੀ ਹੁੰਦੀ ਹੈ, ਕਿਸੇ ਇੱਕ ਦੇਸ਼ ਦੇ ਵਿੱਚ ਰਿਲੀਜ਼ ਹੋ ਕੇ ਫਿਲਮ ਪੈਸੇ ਨਹੀਂ ਪੂਰੇ ਕਰ ਸਕਦੀ। ਇਸ ਕਰਕੇ ਮਾਰਚ ਤੋਂ ਬਾਅਦ ਪੰਜਾਬੀ ਫਿਲਮਾਂ ਜਿਹੜੀਆਂ ਉਹ ਰਿਲੀਜ਼ ਹੋਣ ਦੀ ਵੱਧ ਸੰਭਾਵਨਾ, ਪਰ ਜਿਹੜੇ ਫਿਲਮੀ ਕਲਾਕਾਰ ਨੇ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਅਸੀਂ ਵੀ ਆਮ ਲੋਕਾਂ ਦੇ ਵਾਂਗੂ ਚੁੱਪ ਵੱਟੀ ਰੱਖੀ, ਅਸੀਂ ਨਵੇਂ ਨਵੇਂ ਆਈਡੀਏ ਲੈ ਕੇ ਆਏ ਹਾਂ, ਅਸੀਂ ਕੁਝ ਨਵਾਂ ਪੇਸ਼ ਕਰਾਂਗੇ, ਭਾਵੇਂ ਗੱਲ ਅਸੀਂ ਅਮਰਿੰਦਰ ਗਿੱਲ ਦੀ ਕਰੀਏ, ਦਲਜੀਤ ਦੀ ਕਰੀਏ, ਗੱਲ ਅਸੀਂ ਗਿੱਪੀ ਗਰੇਵਾਲ ਦੀ ਕਰੀਏ, ਗੱਲ ਜਸਵਿੰਦਰ ਭੱਲੇ ਦੀ ਕਰੀਏ, ਗੱਲ ਬੀਨੂ ਢਿੱਲੋਂ ਦੀ ਕਰੀਏ, ਜਿੰਨੇ ਵੀ ਕਲਾਕਾਰ ਨੇ ਹੋਰਨਾਂ ਦੀ ਗੱਲ ਕਰੀਏ, ਉਹਨਾਂ ਨੇ ਇਹ ਕਿਹਾ ਜੀ ਕਿ ਅਸੀਂ ਸਾਰੀਆਂ ਫਿਲਮਾਂ ਆਪਣੀਆਂ ਤਿਆਰ ਕੀਤੀਆਂ ਹੋਈਆਂ, ਜਦੋਂ ਵੀ ਮੌਕਾ ਮਿਲ ਗਿਆ, ਜਦੋਂ ਅੰਤਰਰਾਸ਼ਟਰੀ ਮੰਡੀ ਇਹ ਖੁੱਲ੍ਹ ਗਈ, ਨਾਲ ਦੀ ਨਾਲ ਧੜਾਧੜ ਪੰਜਾਬੀ ਫਿਲਮਾਂ ਆਉਣਗੀਆਂ। ਪਰ ਐਤਕੀ ਪੰਜਾਬੀ ਫਿਲਮਾਂ ਦਾ ਮੁਕਾਬਲਾ ਪੰਜਾਬੀ ਫਿਲਮਾਂ ਨਾਲ ਹੀ ਹੋਊਗਾ, ਇਸ ਗੱਲ ਦਾ ਪੱਕਾ ਸਾਨੂੰ ਯਕੀਨ ਹੈ, ਕਿਉਂਕਿ ਮਾਰਚ ਤੋਂ ਲੈ ਕੇ ਅਤੇ ਹੁਣ ਤੱਕ ਜਿਹੜੀਆਂ ਪੰਜਾਬੀ ਫਿਲਮਾਂ ਰਿਲੀਜ਼ ਹੋਣੀਆਂ ਸੀ ਉਹ ਹੁਣ ਅੱਗੇ ਪਾ ਦਿੱਤੀਆਂ ਗਈਆਂ, ਜਿਹੜੀਆਂ ਅੱਜ ਤਿਆਰ ਹੁੰਦੀਆਂ ਉਹਨਾਂ ਦੇ ਨਾਲ ਉਹਨਾਂ ਦੀ ਭੇੜ ਹੋਊਗਾ, ਜਿਹਦੇ ਕਰਕੇ ਪੰਜਾਬੀ ਫਿਲਮਾਂ ਜਦੋਂ ਪੰਜਾਬੀ ਦੇ ਨਾਲ ਹੀ ਘੁਲਣਗੀਆਂ ਤਾਂ ਉਹਦੇ ਵਿੱਚ ਆਰਥਿਕ ਤੌਰ ਦੇ ਉੱਤੇ ਕਿਸੇ ਦਾ ਵੀ ਨੁਕਸਾਨ ਹੋਵੇ ਪੰਜਾਬੀ ਸਿਨੇਮੇ ਦਾ ਹੋਣਾ ਕੁਦਰਤੀ ਹੈ। 2020 ਦੇ ਵਿੱਚ ਬਹੁਤ ਸਾਰੇ ਚੰਗੇ ਕਲਾਕਾਰ ਸਾਨੂੰ ਵਿਛੋੜਾ ਦੇ ਗਏ, ਪਰ 2020 ਦੇ ਵਿੱਚ ਇੱਕ ਗੱਲ ਖੁੱਲ੍ਹ ਕੇ ਸਾਹਮਣੇ ਆਈ, ਭਾਵੇਂ ਉਹ ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਦੀ ਹੋਵੇ, ਭਾਵੇਂ ਕਈ ਹੋਰ ਕਲਾਕਾਰਾਂ ਦੀ ਮੌਤ ਜਾਂ ਖੁਦਕੁਸ਼ੀ ਨਾਲ ਸੰਬੰਧਿਤ ਹੋਵੇ, ਕਿ ਜੋ ਕੁਝ ਅਸੀਂ ਵੱਡੇ ਪਰਦੇ ਦੇ ਉੱਤੇ ਦੇਖਦੇ ਹਾਂ ਉਹ ਬਿਲਕੁਲ ਉਵੇਂ ਹੀ ਹੋਵੇ, ਇਵੇਂ ਸੰਭਵ ਨਹੀਂ ਹੈ। ਅਸੀਂ ਦੇਖਦੇ ਹਾਂ ਵੱਡੇ ਪਰਦੇ ਦੇ ਉੱਤੇ ਕਲਾਕਾਰ ਦੀ ਲਗਜ਼ਰੀ ਜ਼ਿੰਦਗੀ, ਅਸੀਂ ਦੇਖਦੇ ਹਾਂ ਹਾਸਾ ਠੱਠਾ ਕਰਦੇ, ਅਸੀਂ ਦੇਖਦੇ ਹਾਂ ਰੋਮਾਂਸ ਕਰਦੇ, ਅਸੀਂ ਦੇਖਦੇ ਹਾਂ ਮਹਿੰਗੀਆਂ ਗੱਡੀਆਂ ਦੇ ਵਿੱਚ, ਅਸੀਂ ਦੇਖਦੇ ਹਾਂ ਜੀ ਉਹਨਾਂ ਨੂੰ ਮਹਿੰਗੇ ਮਹਿੰਗੇ ਪੱਬਾਂ ਕਲੱਬਾਂ ਦੇ ਵਿੱਚ ਨੱਚ ਗਾਣਾ ਪੇਸ਼ ਕਰਦੇ, ਪਰ ਇਵੇਂ ਨਹੀਂ ਆ। ਕਲਾਕਾਰਾਂ ਦਾ ਇੱਕ ਹਿੱਸਾ ਅੰਦਰੋਂ ਟੁੱਟਿਆ ਪਿਆ ਆਰਥਿਕ ਮੰਦਵਾੜੇ ਦੇ ਕਰਕੇ, ਹਾਲਾਂਕਿ ਅਸੀਂ ਹਮੇਸ਼ਾ ਇਹੀ ਚਾਹੁੰਦੇ ਹਾਂ ਕਿ ਮੰਦਵਾੜੇ ਦੇ ਕਰਕੇ ਕਿਸੇ ਨੂੰ ਮੌਤ ਗੱਲ ਨਾਲ ਨਹੀਂ ਲਾਉਣੀ ਚਾਹੀਦੀ, ਪਰ ਹਾਲਾਤ ਪਤਾ ਨਹੀਂ ਕਿਹੋ ਜਿਹੇ ਹੁੰਦੇ ਹੋਣਗੇ ਉਦੋਂ ਜਦੋਂ ਬੰਦਾ ਜਿਉਣ ਦੇ ਨਾਲੋਂ ਮਰਨਾ ਠੀਕ ਸਮਝਣ ਲੱਗ ਪੈਂਦਾ। ਸੋ 2021 ਦੇ ਵਿੱਚ ਇੱਕ ਤਾਂ ਅਹਿਦ ਇਹ ਕਰਨਾ ਚਾਹੀਦਾ ਕਿ ਹਾਲਾਤ ਕਿਹੋ ਜਿਹੇ ਵੀ ਹੋਣ ਸਾਨੂੰ ਮੱਥਾ ਲਾ ਕੇ ਚੱਲਣਾ ਚਾਹੀਦਾ ਅਤੇ ਸਾਨੂੰ ਹੌਸਲਾ ਜਿਹੜਾ ਉਹ ਪਸਤ ਨਹੀਂ ਕਰਨਾ ਚਾਹੀਦਾ, ਅਤੇ ਜੇਕਰ ਚੰਗੇ ਦਿਨ ਨਹੀਂ ਤਾਂ ਮਾੜੇ ਦਿਨ ਵੀ ਨਹੀਂ ਰਹਿਣੇ, ਅਤੇ ਜੇ ਅੱਜ ਮਾੜੇ ਦਿਨ ਆ ਤਾਂ ਆਉਂਦੇ ਸਮੇਂ ਦੇ ਵਿੱਚ ਚੰਗੇ ਦਿਨ ਵੀ ਨਹੀਂ ਰਹਿਣੇ। ਸੋ ਇਸ ਗੱਲ ਦੇ ਵੱਲ ਸਾਨੂੰ ਨਿੱਜੀ ਤੌਰ ਦੇ ਉੱਤੇ ਖਿਆਲ ਕਰਨਾ ਚਾਹੀਦਾ। ਸੋ 2021 ਦੇ ਵਿੱਚ ਯਾਨੀ ਕਿ ਚਾਲੂ ਵਰ੍ਹੇ ਦੇ ਵਿੱਚ ਮਨੋਰੰਜਨ ਖੇਤਰ ਦੇ ਵਿੱਚ ਸਭ ਕੁਝ ਚੰਗਾ ਹੋਵੇ, ਸਰੋਤੇ ਚੰਗਾ ਸੁਣਨ ਅਤੇ ਦੇਖਣ ਦੀ ਆਦਤ ਪਾਉਣ, ਚੰਗਾ ਸੁਣਨ ਗਾਉਣ ਵਾਲਿਆਂ ਦੀ ਤ੍ਰਿਪਤੀ ਹੁੰਦੀ ਰਹੇ ਲਗਾਤਾਰ, ਮੰਡੀ ਦੇ ਵਿੱਚ ਇਹੋ ਜਿਹੀ ਵੰਨਗੀ ਵੀ ਆਵੇ ਜਿਹੜੀ ਕਿ ਸਾਰੇ ਵਰਗਾਂ ਨੂੰ ਪ੍ਰਭਾਵਿਤ ਕਰੇ, ਸਾਰੇ ਵਰਗਾਂ ਨੂੰ ਆਪਣੇ ਨਾਲ ਜੋੜ ਲਵੇ। ਕਿਉਂਕਿ ਕਲਾਕਾਰਾਂ ਨੂੰ ਅਸੀਂ ਹੁਣ ਤੱਕ ਇਹ ਕਹਿੰਦੇ ਸੁਣਿਆ ਕਿ ਜੀ ਗਾਣੇ ਆ ਜਿਹੜੇ ਉਹ 25 ਸਾਲ ਤੱਕ ਵੱਧ ਸੁਣੇ ਜਾਂਦੇ ਆ, ਪਰ ਅਸਲ ਗੀਤ ਦੀ ਜ਼ਰੂਰਤ 70 ਸਾਲ ਦੇ ਬਜ਼ੁਰਗ ਨੂੰ ਵੀ ਹੈ, 60 ਸਾਲ ਦੇ ਵਿਅਕਤੀ ਨੂੰ ਵੀ ਹੈ, ਹੋ ਸਕਦਾ 80 ਸਾਲ ਦੇ ਵਿਅਕਤੀ ਨੂੰ ਵੀ ਚੰਗੇ ਗੀਤ ਸੰਗੀਤ ਦੀ ਲੋੜ ਹੋਵੇ। ਪਰ ਇਸ ਕਰਕੇ ਆਪਾਂ ਸਾਰੇ ਵਰਗਾਂ ਦਾ ਖਿਆਲ ਰੱਖਣਾ, ਇਸ ਕਿਸਾਨੀ ਸੰਘਰਸ਼ ਨੇ ਚੌਂ ਪਾਸੀ ਅਸਰ ਪਾਉਣਾ, ਇਸ ਗੱਲ ਦਾ ਸਾਨੂੰ ਪੱਕਾ ਯਕੀਨ ਹੈ। ਪਿਛਲੇ ਕੁਝ ਕੁ ਮਹੀਨਿਆਂ ਤੋਂ ਇਸ ਗੱਲ ਦੀ ਚਰਚਾ ਚੱਲ ਰਹੀ ਸੀ ਕਿ ਜੋ ਬਾਲੀਵੁੱਡ ਦੇ ਨਾਲ ਨਾਲ ਕਈ ਵੱਡੀਆਂ ਫਿਲਮਾਂ ਦੇ ਵਿੱਚ, ਤਾਮਿਲ ਫਿਲਮਾਂ ਦੇ ਵਿੱਚ, ਹੋਰ ਜ਼ਬਾਨਾਂ ਦੀਆਂ ਫਿਲਮਾਂ ਦੇ ਵਿੱਚ ਕੰਮ ਕਰਨ ਵਾਲੇ ਰਜਨੀਕਾਂਤ ਨੇ ਜਿਹੜੇ, ਉਹਨਾਂ ਦੇ ਵੱਲੋਂ ਰਾਜਨੀਤਿਕ ਪਾਰਟੀ ਬਣਾਈ ਜਾਊਗੀ। ਪਰ ਉਹਨਾਂ ਦੇ ਵੱਲੋਂ ਹੁਣ ਸਿਹਤ ਦੇ ਕਾਰਨਾਂ ਦਾ ਹਵਾਲਾ ਦੇ ਕੇ ਇਹ ਗੱਲ ਕਹਿ ਦਿੱਤੀ ਗਈ ਹੈ ਕਿ ਅਸੀਂ ਰਾਜਨੀਤਿਕ ਪਾਰਟੀ ਨਹੀਂ ਬਣਾਉਣੀ। ਦੱਖਣ ਫਿਲਮਾਂ ਦੇ ਵਿੱਚੋਂ ਬਹੁਤ ਸਾਰੇ ਕਲਾਕਾਰ ਆ ਜਿਹੜੇ ਨੇ ਰਾਜਨੀਤਿਕ ਪਾਰਟੀਆਂ ਵੀ ਬਣਾਈਆਂ, ਜਿਹੜੇ ਕਾਮਯਾਬ ਵੀ ਹੋਏ ਆ। ਆਪਾਂ ਜੇ ਗੱਲ ਜੈਲਲਤਾ ਹੋਰਾਂ ਦੀ ਕਰਦੇ ਹਾਂ ਤਾਂ ਕਿਸੇ ਵੇਲੇ ਉਹਨਾਂ ਨੇ ਵੀ ਫਿਲਮਾਂ 'ਚ ਕੰਮ ਕੀਤਾ ਸੀ ਅਤੇ ਬਾਅਦ ਦੇ ਵਿੱਚ ਉਹ ਮੁੱਖ ਮੰਤਰੀ ਰਹੇ, ਆਪਾਂ ਜਾਣਦੇ ਹਾਂ ਲੰਮਾ ਸਮਾਂ, ਅਤੇ ਇਸ ਦੁਨੀਆ ਦੇ ਉੱਤੇ ਭਾਵੇਂ ਨਹੀਂ। ਪਰ ਕਹਿਣ ਦਾ ਭਾਵ ਇਹ ਆ ਕਿ ਦੱਖਣ ਖੇਤਰ ਦੇ ਵਿੱਚ ਫਿਲਮੀ ਕਲਾਕਾਰ ਨੇ ਜਿਹੜੇ, ਉਹ ਰਾਜਨੀਤਿਕ ਉਡਾਰੀ ਬੜੇ ਚਾਅ ਨਾਲ ਭਰਦੇ ਆ, ਆਪਣੀਆਂ ਪਾਰਟੀਆਂ ਵੀ ਬਣਾਉਂਦੇ ਆ। ਪਰ ਰਜਨੀਕਾਂਤ ਦੇ ਭਰਾ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਮੇਰੇ ਭਰਾ ਦੀ ਸਿਹਤ ਨਹੀਂ ਠੀਕ ਅਤੇ ਇਸ ਕਰਕੇ ਉਹਨਾਂ ਨੇ ਪਾਰਟੀ ਬਣਾਉਣ ਦਾ, ਰਾਜਨੀਤੀ ਦੇ ਵਿੱਚ ਪੈਰ ਧਰਨ ਦਾ ਖਿਆਲ ਹਾਲ ਦੀ ਘੜੀ ਤਿਆਗ ਦਿੱਤਾ। ਬਾਕੀ ਵਕਤ ਦੱਸੋ ਆਉਂਦੇ ਸਮੇਂ 'ਚ ਕੀ ਹੋਣਾ। ਪਰ 2021 ਦੇ ਇਸ ਵਰ੍ਹੇ ਦੇ ਵਿੱਚ ਜਿਹਦੇ ਹਾਲੇ ਕੁਝ ਕੁ ਦਿਨ ਹੀ ਬੀਤੇ ਆ,
ਇਹ ਸਭ ਦੇ ਲਈ ਚੰਗਾ ਰਹੇ। ਅਸੀਂ ਕਿਸਾਨੀ ਸੰਘਰਸ਼ ਜਿੱਤ ਕੇ ਮੁੜ ਗਏ, ਕਿਸੇ ਵੀ ਵਿਅਕਤੀ ਨੂੰ ਕਿਸੇ ਚੁਣੌਤੀ ਦਾ ਸਾਹਮਣਾ ਨਾ ਕਰਨਾ ਪਵੇ, ਸਾਡੀਆਂ ਸਰਕਾਰਾਂ ਲੋਕ ਪੱਖੀ ਹੋਣ ਅਤੇ ਅਸੀਂ ਏਕੇ ਦੀ ਤੰਦ ਦੇ ਵਿੱਚ ਇਵੇਂ ਬੱਝੇ ਰਹਿ ਗਏ ਜਿਵੇਂ ਕਿ ਹੁਣ ਬੱਝੇ ਹਾਂ, ਅਤੇ ਰਾਜਨੀਤਿਕ ਲੋਕਾਂ ਦੀਆਂ ਲੂੰਬੜ ਚਾਲਾਂ ਸਾਨੂੰ ਪਾੜਨ ਦੇ ਵਿੱਚ ਕਾਮਯਾਬ ਨਾ ਹੋਣ, ਇਹਦੀ ਅਸੀਂ ਕਾਮਨਾ ਕਰਦੇ ਹਾਂ। ਸੋ ਅਗਲੇ ਹਫ਼ਤੇ ਮਨੋਰੰਜਕ ਦੁਨੀਆ ਦੇ ਤਹਿਤ ਕੁਝ ਹੋਰ ਖਬਰਾਂ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ, ਬਹੁਤ ਬਹੁਤ ਮਿਹਰਬਾਨੀ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਅਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਅਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਅਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈੱਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਅਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਅਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ, ਅਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।